पंजाब में ही हर साल 29,000 के करीब हेपेटाइटिस सी के नए मरीज आ रहे हैं और आज पंजाब के लिए एक बड़ा दिन है जो वर्ल्ड हेल्थ ऑर्गेनाइजेशन के साथ हेपेटाइटिस सी को लेकर एक MOU साइन किया जा रहा है। ये कहना था पंजाब के स्वास्थ्य मंत्री ब्रह्म महिंद्रा का, जो आज पंजाब हेल्थ सर्विसेज के चंडीगढ़ स्थित पंजाब मुख्यालय में WHO के साथ एक MOU साइन करने के लिए आए हुए थे। मंत्री के साथ डायरेक्टर हेल्थ सर्विस पंजाब डॉक्टर राजीव भल्ला तथा पंजाब से आए हुए हेपेटाइटिस सी के एक्सपर्ट डॉक्टर तथा मरीज भी उपस्थित थे। इस अवसर पर हेपेटाइटिस सी के बारे में जागरूकता फैलाने के लिए बुकलेट का विमोचन किया गया, साथ क्षेत्र में उत्कृष्ट कार्य करने वाले डॉक्टरों को सम्मानित भी किया गया। पंजाब के जिला परिषद के अंतर्गत आते हुए 1100 सरकारी दवाखाना की बिजली का बिल न देने के कारण बिजली काटने के आए हुए नोटिस के बारे में मंत्री ने जानकारी न होने की बात कही। देखो साइन होया ਇਹਦੇ 'ਚ ਜਿਹੜਾ ਰੈਪਿਡ ਟੈਸਟ ਹੋਏਗਾ ਸਰ, ਉਹਦੇ ਕਿੱਟਾਂ ਪ੍ਰੋਵਾਈਡ ਕਰਨਗੇ, ਸਾਨੂੰ ਹੈਲਪ ਪ੍ਰੋਵਾਈਡ ਕਰਨਗੇ, ਉਹਦੇ ਸਾਡੇ ਸਟਾਫ ਨੂੰ ਟੀਚ ਕਰਨਗੇ, ਸਮਝਾਉਣਗੇ। ਇੱਕ ਬੜੀ ਅਚੀਵਮੈਂਟ ਹੈ ਔਰ ਮੈਂ ਸਮਝਦਾ ਕਿ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਬਲੈਸਿੰਗ ਦੇ ਨਾਲ ਜੋ ਕੁਛ ਮੇਰਾ ਡਿਪਾਰਟਮੈਂਟ ਇਸ ਵੇਲੇ ਕਰ ਰਿਹਾ ਹੈ ਹੈਪੇਟਾਈਟਿਸ ਸੀ ਨੂੰ ਕੰਟਰੋਲ ਕਰਨ ਲਈ, ਬਹੁਤ ਮੈਂ ਐਪਰੀਸ਼ੀਏਟ ਕਰਦਾ। ਬੜੇ ਐਫਰਟਸ ਕੀਤੇ ਜਾ ਰਹੇ ਨੇ ਔਰ ਰਿਜ਼ਲਟ ਸਾਡੇ ਜਿਹੜੇ ਨਿਕਲੇ ਨੇ 93% ਹੈ ਔਰ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਅਸੀਂ ਅੱਗੇ ਨੂੰ ਇਹ ਸਾਡੇ ਰਿਜ਼ਲਟ 100% ਹੋਣ, ਪ੍ਰਵੈਂਟਿਵ ਸਾਈਡ 'ਤੇ ਵੀ ਔਰ ਟ੍ਰੀਟਮੈਂਟ ਸਾਈਡ 'ਤੇ ਵੀ। ਉਹਦੀ ਬੜੀ IEC ਐਕਟੀਵਿਟੀ ਹੋ ਰਹੀ ਹੈ ਅਵੇਅਰਨੈਸ ਲਿਆਉਣ ਲਈ ਔਰ ਬੜਾ ਉਹਦੇ 'ਤੇ ਸਾਡੇ ਅਸੀਂ ਚਿੰਤਾਜਨਕ ਹੈ ਇਸ ਗੱਲ ਲਈ। ਔਰ ਆਉਣ ਵਾਲੇ ਦਿਨਾਂ 'ਚ ਪੂਰੀ ਮੇਰੇ ਡਿਪਾਰਟਮੈਂਟ ਦੀ ਤਿਆਰੀ ਹੈ, ਅਸੀਂ ਇਹਦੀ ਪ੍ਰਵੈਂਸ਼ਨ ਵੀ ਕਰਾਂਗੇ, ਇਹਦਾ ਕੰਟਰੋਲ ਵੀ ਕਰਾਂਗੇ। ਦੇਖੋ ਇਹਦੇ 'ਚ WHO ਤੋਂ ਡਾਕਟਰ ਪ੍ਰਾਕਿਨ ਆਏ ਹੋਏ ਨੇ, ਉਹਨਾਂ ਦਾ ਇੱਥੇ ਆਉਣਾ ਹੀ ਇਹ ਸਿੰਬਲਾਈਜ਼ ਕਰਦਾ ਕਿ ਅਸੀਂ ਸਾਡਾ ਜਿਹੜਾ ਮਾਡਲ ਹੈ ਟ੍ਰੀਟਮੈਂਟ ਦਾ, ਉਸ ਮਾਡਲ ਨੂੰ ਇਹਨਾਂ ਨੇ ਐਪਰੀਸ਼ੀਏਟ ਕੀਤਾ, WHO ਨੇ ਉਸ ਨੂੰ ਐਪਰੀਸ਼ੀਏਟ ਕਰਦੇ ਹੋਏ ਇੱਥੇ ਆਏ ਨੇ ਔਰ ਇਹਨਾਂ ਨੇ ਆ ਕੇ ਇਹੀ ਦੇਖਿਆ। ਔਰ ਵੀ ਇਹ ਆਲ ਓਵਰ ਇੰਡੀਆ ਸਾਡਾ ਮਾਡਲ ਇੰਟਰੋਡਿਊਸ ਹੋਏਗਾ ਕਿ ਕਿੰਨਾ ਸਕਸੈਸਫੁਲ ਮਾਡਲ ਹੈ ਸਾਡਾ ਇਸ ਗੱਲ ਦੇ ਵਿੱਚ।